ਹਾਂਜੀ ਕੀ ਹਾਲ ਆ ਮੇਰੇ ਵੀਰਾਂ ਦਾ, ਮੇਰੀਆਂ ਭੈਣਾਂ ਦਾ, ਹੋਰ ਸਾਰੇ ਵਧੀਆ ਠੀਕ ਠਾਕ ਹੋ? ਪਹਿਲਾਂ ਤਾਂ ਹੈਪੀ ਗੁਰੂ ਪੂਰਨਿਮਾ, ਤੇ ਆਓ ਤੁਹਾਨੂੰ ਆਪਣੇ ਗੁਰੂ ਜੀ ਦੇ ਦਰਸ਼ਨ ਕਰਵਾਈਏ। क्या बात है, सेवादार साडे, मुख सेवादार है साडे। चरनी खोलो राजा जी, राजा जी चरनी खोलो। मेरा भी ठीक है, सेहत ठीक सी बाबिया दी, ते खंग रेशा होया नमस्ते। और आज की खालसा जी कितना हूँ पापा पापा कुछ हसदा विचार करते रहते हैं, सत्संग सुनते रहते हैं, कथा पात मैं देखता साधु महात्मा जिन्हें भी है, जां गुरु लोग दसे पातशाहियां लै लो, जां ऋषि मुनि लै लो, गुरु लोग लै लो जिन्हें भी, और जिदा हुण दरबार साहब से उत्थे रोज बाणी कीर्तन हुंदा सी, कथा वार्ता चलती सी, साडे ऋषि मुनि भी सी रोज अपने शिष्यां नूं ग्रंथ पढ़ाउंदे सी, जां कोई राजे जां कथा कुथा चलदी सी, जग करदे रहिंदे सी, हवन हुंदे रहिंदे सी, परपकार करदे रहिंदे सी। इह भी रोज नवीं तों नवीं गल पता लगदी आ, रोज मन नूं इक शिक्षा मिलदी आ। जिद्दां हुण कहता वी सिख धर्म दे पंजां बाणियां दा पाठ करना, जां साडे वी कह दिंदे वी गीता दा इक तिहार रोज पढ़ लो, सवेरे उठ के गायत्री कर लो, जां सूरज नमस्कार कर लो, अपने इष्ट दा जां गुरु दा गुरमंत्र कर लो, उहदे नाल की आ वी रोज़ असीं उह शिक्षा लैणी आ। जो मन बहुत पुठी खोपरी आ जिहड़ी किसे बन्ने वी लै जांदा मिंट च, हैं साडा सुभाव बदल जांदा, चेंजेस आ जांदियां, सारा कुछ बदल जांदा, होर बन्ने वी लै तुरदा सानूं। ਗੱਲ ਬਾਕੀ ਵੀ ਰੱਖ ਲਓ, ਜੇ ਕਿਤੇ ਗਾਂਹ ਵੀ ਢਿੱਡ ਦੁਖਿਆ ਤਾਂ ਉਹ ਵੀ ਭਗਵਾਨ ਦੀਆਂ ਜਿਹੜੀਆਂ ਘਰ ਵਾਲੀਆਂ ਸੀਗੀਆਂ ਉਹ ਮੰਨ ਗਈਆਂ ਵੀ ਵਾਕਿਆ ਗੋਪੀਆਂ ਦਾ ਜਿਹੜਾ ਪ੍ਰੇਮ ਆ, ਜਾਂ ਉਹਨਾਂ ਦੀ ਜਿਹੜੀ ਸ਼ਰਧਾ ਆ, ਜਾਂ ਉਹਨਾਂ ਦਾ ਜਿਹੜਾ ਵਿਸ਼ਵਾਸ ਆ, ਉਹ ਸਾਡੇ ਤੋਂ ਬਹੁਤ ਨਮੋਸ਼ੀ ਸਮਝੀ ਪਈ। ਮੇਰੀ ਬੇਇੱਜ਼ਤੀ ਹੋ ਗਈ, ਸਾਧ ਹੋ ਗਏ, ਮੈਨੂੰ ਸਵਾਲ ਨਹੀਂ ਆਇਆ। ਸੰਤਾਂ ਨੂੰ ਆਣ ਕੇ ਆਪਣੇ ਗੁਰੂਆਂ ਨੂੰ ਦੱਸਿਆ ਵੀ ਇੱਦਾਂ ਹੋਈ ਜੀ, ਮੈਨੂੰ ਤਾਂ ਆਉਂਦਾ ਕੁਛ ਨਹੀਂ, ਜਾ ਫਿਰ ਕਹਿੰਦੇ ਕਾਂਛੀ ਚੱਲ ਜਾ ਉੱਥੇ ਵਿਦਿਆ ਪੜ੍ਹ ਕੇ ਆ। ਬੰਦਾ ਇਹ ਕੱਲ੍ਹ ਉਹ ਮਹਾਰਾਜ ਇੱਕ ਜਮਾਤ ਨਹੀਂ ਸੀ ਪੜ੍ਹੇ, ਹੈਂ ਕਾਂਛੀ ਚੱਲ ਗਏ ਉੱਥੇ ਜਾ ਕੇ ਪਹਿਲਾਂ ਸੰਸਰੇ
फिर दस बारह साल बाद विद्वान हो के आ गया नाल मंडली लियांदी फिर पचास सौ साध नाल लैंदे हैं फिर मंडली नूं पढ़ाउणा उन्होंने एक बंदा अनपढ़ बंदा गुरुआं दी कृपा नाल विद्वान हो गया पढ़ाउंदे रहे ਉਹ ਸੰਤ ਵੀ ਤਾਂ ਵਿਦਵਾਨ ਸੀਗੇ ਜਿਹੜੇ ਗੁਰੂ ਵੀ ਸਮਰੱਥ ਵੀ ਸੀਗੇ ਕਹਿੰਦੇ ਰਾਮਦਾਸ ਵੀ ਸਾਨੂੰ ਵੀ ਤੋ ਪੜ੍ਹ ਪੜ੍ਹਾ ਦੇ ਕੁਛ ਕਹਿੰਦੇ ਨਹੀਂ ਨਹੀਂ ਮਹਾਰਾਜ ਤੁਹਾਨੂੰ ਕੀ ਪਤਾ ਵਿਦਿਆ ਦਾ ਆਪਣੇ ਗੁਰੂਆਂ ਨੂੰ ਕਹਿਣ ਲੱਗੇ ਤੁਹਾਨੂੰ ਕੀ ਪਤਾ ਵਿਦਿਆ ਦਾ ਇਹ ਤਾਂ ਬਹੁਤ ਉੱਥੇ ਅੱਛਾ ਕਹਿੰਦੇ ਠੀਕ ਆ ਗੁਰੂ ਲੋਕਾਂ ਨੇ ਫਿਰ ਕੌਤਕ ਕੀਤਾ ਇੱਕ ਦਿਨ ਕੌਤਕ ਇਹ ਕੀਤਾ ਵੀ ਕੋਈ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਸੀ ਜਿਹੜੇ ਸੰਤ ਆਏ ਸੀ ਤਾਂ ਇੱਕ ਸ਼ਲੋਕ ਆ ਗਿਆ ਉਹਦੇ ਸ਼ਲੋਕ ਦੇ ਅਰਥ ਭੁੱਲ ਗਏ ਉਹ ਹੁਣ ਅਰਥ ਆਉਣ ਨਾ ਦਿਮਾਗ ਚੱਲੇ ਨਾ ਦਿਮਾਗ ਤਾਂ ਹੋਰ ਹੀ ਕਿਸੇ ਨੇ ਫੇਰਿਆ ਸੀ ਗੁਰੂ ਲੋਕਾਂ ਨੇ ਉਹ ਜਿਲ੍ਹੇ ਸ਼ਲੋਕ ਨਾ ਆਉਣ ਤਾਂ ਫਿਰ ਕਹਿੰਦੇ ਲੈ ਵੀ ਹੁਣ ਤਾਂ ਕਾਂਛੀ ਨੂੰ ਜਾਣਾ ਪੈਣਾ ਵੇ ਮੁੜ ਕੇ ਪੜ੍ਹ ਕੇ ਆਉਣਾ ਪੈਣਾ ਉੱਥੋਂ ਸ਼ਲੋਕ ਹੈ ਉਹ ਗੁਰੂ ਲੋਕਾਂ ਤੋਂ ਉਹਨਾਂ ਦਾ ਉਹ ਕਹਿੰਦੇ ਵੀ ਗੁਰੂ ਆ ਗਿਆ ਕਹਿੰਦੇ ਵੀ ਤੂੰ ਦੱਸ ਮਾੜਾ ਜਿਹਾ ਬੋਲ ਨਹੀਂ ਮਾ ਤੁਹਾਨੂੰ ਕੀ ਪਤਾ ਉਹ ਕਹਿੰਦੇ ਬੋਲ ਤਾਂ ਸਹੀ ਤੂੰ ਹੁਣ ਬੋਲਿਆ ਸ਼ਲੋਕ ਫਿਰ ਉਹਨੇ ਅਰਥ ਇੰਨੇ ਵਧੀਆ ਕਰਕੇ ਦੱਸੇ ਤਾਂ ਫਿਰ ਸਮਝ ਆ ਗਏ ਵੀ ਇਹ ਤਾਂ ਗੁਰੂਆਂ ਦੀ ਕਿਰਪਾ ਸੀਗੀ ਵੀ ਇਹ ਗੁਰੂ ਲੋਕਾਂ ਨੇ ਲੀਲਾ ਰਚਾਈ ਸੀ ਜਾਣ ਕੇ ਮੇਰੀ ਬੁੱਧੀ ਫੇਰ ਦਿੱਤੀ ਤੇ ਪੈਰ ਫੜ ਲੈ ਉਹ ਜਿਹੜੇ ਸੰਤ ਸੀਗੇ ਉਹ ਵੀ ਕਹਿੰਦੇ ਅੱਗ ਲਾਉਣ ਦੀ ਲੋੜ ਨਹੀਂ ਸਾਡੇ ਸਰੀਰ ਨੂੰ ਆਪੇ ਉਹ ਨਹੀਂ ਜਿੱਦਾਂ ਉਹ ਪਾਰਵਤੀ ਮਾਤਾ ਨੇ ਅਗਨੀ ਪ੍ਰਗਟ ਕਰ ਲਈ ਸੀ ਨਾ ਇੱਦਾਂ ਹੀ ਉਹਨਾਂ ਨੇ ਅੰਦਰ ਬੈਠ ਕੇ ਅਗਨੀ ਪ੍ਰਗਟ ਕਰਕੇ ਚੱਲ ਪ੍ਰੀਤ ਛੱਡਦਾ ਲੂਹ ਹੋ ਗਿਆ ਸਾਰੀ ਛੰਨ ਛੁੰਨ ਵੀ ਲੂਹ ਸਿੱਟੀ ਅਖੀਰ ਟਾਈਮ ਉਹਨੇ ਛੰਨ ਪਾਈ ਨਹੀਂ ਤਾਂ ਚਾਰ ਬੂਝੇ ਬੰਨ ਲੈਂਦੇ ਸੀ ਉੱਥੇ ਬਹਿ ਕੇ ਭਜਨ ਕਰਨਾ ਜੁੱਤੀ ਨਹੀਂ ਪਾਈ ਘਾਹ ਦੀ ਜੁੱਤੀ ਪਾਉਣੀ ਜੇ ਵੀ ਜੀਵ ਜੰਤੂ ਨਾ ਮਰ ਲੈਂਦੇ ਕੋਈ ਕਿੰਨੀ ਦਇਆ ਭਾਵਨਾ ਹੈ ਨਾ ਗੰਨੇ ਗੁੰਨੇ ਚੁੱਪਣ ਦਾ ਸ਼ੌਂਕ ਸੀ ਟੋਟੀਆਂ ਸੁੱਪਣੀਆਂ ਗੰਨਾ ਨਹੀਂ ਭੰਨਣਾ ਜਿੱਦਾਂ ਛੋਟੇ ਛੋਟੇ ਗੰਨੇ ਹੁੰਦੇ ਨਾ ਛੱਡ ਦਿੱਤੇ ਜ਼ਿਮੀਂਦਾਰਾਂ ਨੇ ਟੋਟੀਆਂ ਉਹ ਚੂਪ ਲੈਣੀਆਂ ਵੀ ਕਿਸੇ ਜ਼ਿਮੀਂਦਾਰ ਦਾ ਨੁਕਸਾਨ ਤਾਂ ਨਾ ਹੋਵੇ ਸਾਰੀ ਉਮਰ ਕੋਈ ਛੰਨ ਨਹੀਂ ਬਣਾਈ ਹੈ ਅਖੀਰ 'ਤੇ ਬਣਾਈ ਜਾ ਕੇ ਇੱਦਾਂ ਬਸ ਉੱਚੀਆਂ ਬਾਜੀਆਂ 'ਚ ਮੋਟੀਆਂ ਅੱਖਾਂ ਜਮ ਪਾਜ ਪੜੇ ਆ ਕਹਿੰਦੇ ਬੰਦਾ ਸਾਡਾ ਹੈ ਉਹ ਕਹਿੰਦੇ ਅਖੀਰ ਵੇਲੇ ਨਰਾਇਣ ਨਰਾਇਣ ਦਾ ਜਾਪ ਕੀਤਾ ਇਹ ਬੰਦਾ ਸਾਡਾ ਬਹਿਸ ਪਸਈਆ ਉਹਨਾਂ ਦਾ ਹੋਇਆ ਉਹ ਦੇਖਣ ਡਿਆ ਅਜਾ ਮਲ ਸੁਪਨੇ 'ਚ ਸਭ ਕੁਛ ਅਖੀਰ ਜਿਹੜੇ ਜਮਦੂਤ ਵਾਲੇ ਬੰਦੇ ਉਹ ਚਿਲ ਗਏ ਫੈਸਲਾ ਇਹ ਹੋ ਗਿਆ ਵੀ ਇਹਨੂੰ ਹਲੇ ਟਾਈਮ ਦੇ ਦਿਓ ਹੋਰ ਥੋੜ੍ਹਾ ਜਿਹਾ ਵੀ ਇਹਨੂੰ ਨਹੀਂ ਖੜਦੇ ਜਨ ਉਹਨਾਂ ਉੱਭਰ ਕੇ ਉੱਠਿਆ ਫਿਰ ਅਜਾ ਮਲ ਉਹ ਸੀਨ ਦੇਖ ਕੇ ਜਾਣੀ ਕਿ ਵੀ ਮੇਰੀ ਜਮਾਂ ਨੇ ਖੜਨਾ ਕਹੇ ਬੰਦੇ ਨਰਾਇਣ ਨਰਾਇਣ ਫਿਰ ਅਜਾ ਮਲ ਨਾ ਛੱਡ ਕੇ ਚਿਲ ਗਿਆ ਘਰ ਗੰਗਾ ਕਿਨਾਰੇ ਬੈਠ ਕੇ ਉਹਨੇ ਤਿੰਨ ਚਾਰ ਸਾਲ ਲਾਏ ਬਾਅਦ 'ਚ ਉਹਦਾ ਸਰੀਰ ਛੁੱਟਿਆ ਆਪਣਾ ਕਲਿਆਣ ਕਰ ਲਿਆ ਜਾਣੀ ਉਹ ਨਰਾਇਣ ਨਰਾਇਣ ਕਰਨ ਨਾਲ ਇੱਕ ਇੱਦਾਂ ਦਾ ਦ੍ਰਿਸ਼ਟਾਂਤ ਹੋ ਗਿਆ ਜਿਹਦੇ ਨਾਲ ਉਹ ਡਰ ਗਿਆ ਉਹ ਜਮਾਂ ਦਾ ਤਾਂ ਨਰਾਇਣ ਦੇ ਦੂਤਾਂ ਦਾ ਸਿਲਸਿਲਾ ਦੇਖ ਕੇ ਡਰ ਗਿਆ ਸੁਪਨੇ 'ਚ ਉਹ ਫਿਰ ਛੱਡ ਕੇ ਚਲ ਗਿਆ ਹੁਣ ਆਖਰੀ ਚਾਰ ਸਾਲ ਫਿਰ ਭਜਨ ਕੀਤਾ ਭਗਵਾਨ ਦਾ ਫਿਰ ਕਲਿਆਣ ਕਰ ਲਿਆ ਗੱਲ ਇਹ ਹੈ ਬਈ ਜੇ ਅਸੀਂ ਕੋਈ ਵੀ ਚੰਗਾ ਕਰਮ ਕਰਦੇ ਹਾਂ ਕਿਤੇ ਨਾ ਕਿਤੇ ਆਣ ਕੇ ਉਹ ਸਾਡਾ ਕਲਿਆਣ ਕਰ ਦਿੰਦਾ ਜਾਂ ਸਾਨੂੰ ਛਡਾ ਲਊਗਾ ਤਾਂ ਹੀ ਉਹ ਗੁਰੂ ਲੋਕ ਜਾਂ ਸੰਤ ਮਹਾਤਮਾ ਜਾਂ ਬਾਣੀ ਇਹ ਕਹਿੰਦੀ ਵੀ ਚੰਗੇ ਕਰਮ ਕਰੋ ਤਦ ਅਸੀਂ ਛੁੱਟ ਜਾਵਾਂਗੇ ਜੋ ਬੀਜਿਆ ਸੋ ਵੱਢਿਆ ਕਰਮਾ ਸੰਧੜਾ ਖੇਤ ਤੇ ਜੋ ਬੀਜਣਾ ਉਹ ਵੱਢਣਾ ਅੱਗੇ ਮਾਲੇ ਸਾਡੇ ਆਉਂਦੇ ਇੱਕ ਹੋਰ ਗੇਮ 'ਚ ਬੜੀ ਆ ਲੋਗੇ ਅਤੇ ਆਹ ਇਹ ਭਲਵਾਨ ਹੁਣ ਮੈਂ ਆਪਣੀਆਂ ਦੋ ਐਕਟਰਨੀਆਂ ਨੂੰ ਲੈ ਕੇ ਘੁਮਾਉਣ ਤੁਰਿਆ
ਇੱਕ ਖੂੰਡੇ ਵਾਲੀ ਐਕਟਰਨੀ ਸਾਡੀ ਮੇਰੀ ਟਿੱਡੀ ਮਾਮੀ ਆ ਮਾਮੀ ਦੂਜੀ ਮੇਰੀ ਕੀ ਕੀ ਕਰਨ ਚੱਲੇ ਆਪਾਂ ਹੈ ਗੇੜੀ ਲਾਉਣ ਗੇੜੀ ਲਾਉਣ ਚੱਲੇ ਅਸੀਂ ਗੇੜੀ ਵਿੱਚ ਮਾਮੀਆਂ ਹੈ ਕੀ ਖਾ ਕੇ ਆਵਾਂਗੇ ਬਰਗਰ ਪੀਜ਼ਾ ਖਾ ਕੇ ਆਵਾਂਗੇ ਹੁਣ ਗੇੜੀਆਂ ਲਾਉਣ ਚੱਲੇ ਆ ਅਸੀਂ ਆ ਉੱਚੀ ਉੱਚੀ ਗਾਣੇ ਲਾ ਕੇ ਫੇਰ ਗੱਡੀ ਚ ਗੇੜੀ ਲਾਉਣੀ ਆ ਆ ਬੰਦੇ ਲੇਟ ਆ ਬਾਬਾ ਜੀ ਹਨਾ ਆ ਵਾਲੇ ਆ ਉਹਦੇ ਕਿਹੜੇ ਸਵਾਮੀ ਡੰਡੀ ਸਵਾਮੀ ਨਾ ਤਾਂ ਬਹੁਤ।